ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਆ ਤੁਹਾਡਾ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਠਾਕ ਹਾਂ ਅਤੇ ਅੱਜ ਆਪਾਂ ਮਿੰਨੀ ਵਲੋਗ ਪਾਉਣ ਲੱਗੇ ਹਾਂ ਅਤੇ ਮੈਂ ਤੁਹਾਨੂੰ ਸੁਣਾ ਰਹੀ ਹਾਂ ਬੀਬੀ ਦੀਆਂ ਬਹੁਤ ਹੀ ਪੁਰਾਣੀਆਂ ਪੁਰਾਣੀਆਂ ਗੱਲਾਂ ਅਤੇ ਸੋਹਣੀਆਂ ਸੋਹਣੀਆਂ ਗੱਲਾਂ। ਤੁਸੀਂ ਸੁਣੋ ਅਤੇ ਬੀਬੀ ਦੀਆਂ ਗੱਲਾਂ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਬੀਬੀ ਦੀਆਂ ਗੱਲਾਂ। ਫਿਰ ਅਸੀਂ ਦਾਤੀ ਨਾਲ ਚੀਰਨਾ, ਚੀਰ ਕੇ ਫਿਰ ਧਰਨਾ, ਫਿਰ ਘੋਟਣਾ, ਹਲਣ ਪਾਉਣਾ, ਫਿਰ ਬਸ ਖਾ ਲੈਣਾ। ਕਿਸੇ ਨੇ ਮੱਖਣੀ ਖਾਣੀ ਹੈ, ਕਿਸੇ ਨੇ ਮਲਾਈ ਪਾਉਣੀ ਹੈ, ਕਿਸੇ ਨੇ ਘਿਓ ਪਾਉਣਾ। ਪਾ ਪਾ ਕੇ ਦੇਈ ਜਾਂਦੇ ਸੀ। ਪਾਣੀ 'ਚ ਧਰਦੇ ਸੀ ਕੁੱਜੇ 'ਚ ਮੂੰਗੀ ਦੀ ਦਾਲ, ਪਹਿਲਾਂ ਚੱਕੀ 'ਚ ਪਹਿਲਾਂ ਫੜੀਆਂ ਤੋੜ ਕੇ ਲਿਆਉਣੀਆਂ, ਫਿਰ ਕੱਢਣੀਆਂ ਸੁਕਾਉਣੀਆਂ, ਫਿਰ ਚੱਕੀ 'ਚ ਪੀਣੀਆਂ, ਚੱਕੀ 'ਚ ਪੀ ਕੇ ਦਰਨੀ, ਫਿਰ ਉਹਨੂੰ ਛੱਡਣਾ ਛੰਡਣਾ, ਫਿਰ ਉਹ ਦਾਲ ਧਰਨੀ। ਹੁਣ ਵਾਲਾ ਕੀ ਯਾਰੀ ਸਵਾਜ ਬਣਨਾ? ਹੁਣ ਕੋਈ ਗੱਲ ਕਰਦਾ? ਅਸੀਂ ਆਪਦੀ ਅੱਧਾ ਘੰਟਾ ਸਾਰੀਆਂ ਨੇ ਇਕੱਠੀਆਂ ਹੋ ਕੇ ਬਹਿਣਾ ਹੀ ਪੈਣਾ ਸੀ। ਭਾਵੇਂ ਸਾਡੇ ਕਿੰਨੇ ਹੀ ਕੰਮ ਪਏ ਹੁੰਦੇ, ਹੁਣ ਤਾਂ ਆਦੀ ਜੇ ਕੋਈ ਸਾਡੇ ਘਰੇ ਜਾਓ, ਗੇਟ ਖੋਲ੍ਹ ਕੇ ਗੱਲ ਕਰ ਲੈਣੀ ਅਤੇ ਗੇਟ ਬੰਦ ਕਰ ਦੇਣਾ, ਬਸ ਜਾ ਜਿੱਥੋਂ ਆਏਂਗੇ। ਹੁਣ ਕੀ ਜਵਾਨਾ ਚੰਗਾ? ਉਹ ਜਵਾਨਾ ਬਾਹਲਾ ਵਧੀਆ ਸੀ ਸਾਡੇ ਵਾਲਾ, ਤਾਂ ਹੁਣ ਕੁਛ ਹੁਣ ਨਹੀਂ ਚੰਗਾ ਜਵਾਨਾ। ਚੱਲ ਗਏ ਸੱਚੀ ਜਵਾਨਾ ਤਰੱਕੀ ਚੰਗਾ ਸੀ, ਹੁਣ ਤਰੱਕੀ ਆ। ਮੋਹ ਪਿਆਰ ਕਿਸੇ ਦਾ ਰਿਹਾ ਨਹੀਂ, ਗੇਟ ਬੰਦ ਕਰਕੇ ਬੈਠੇ ਰਹਿੰਦੇ ਲੋਕ। ਅੱਗੇ ਕਿਸੇ ਦੇ ਗੇਟ ਬੰਦ ਸੀ, ਆਪਣਾ ਗੇਟ ਖੁੱਲ੍ਹਾ ਹੀ ਰਹਿੰਦਾ। ਕਿਉਂ ਇੱਥੇ ਖੂਹ 'ਚ ਪੈ ਜਾਂਦੇ ਸਾਰੇ, ਤਾਂ ਬਾਹਰ ਧੱਪੇ ਦਾ ਸਵਾਰੀ ਸੀ ਉਹ ਤਾਂ ਪੈਂਦਾ ਹੀ। ਅਜੇ ਖੂਹ 'ਤੇ ਸੀ ਸੋਹਣ ਦੀ ਹੱਟੀ ਕੋਲ, ਅਤੇ ਤੇਰੇ ਪਾਪਾ ਜੀ ਵੀ ਜਦੋਂ ਆਉਂਦੇ ਤਾਂ ਬਸ ਖੂਹ 'ਤੇ ਮੰਜਾ ਲੈ ਜਾਂਦੇ, ਰਾਤ ਨੂੰ ਉੱਥੇ ਪੈਂਦੇ। ਖੂਹ 'ਤੇ ਪੈਂਦੇ ਸੀ, ਉੱਥੇ ਹੋਰ ਬਥੇਰੇ ਹੁੰਦੇ ਸੀ, ਖੂਹ 'ਤੇ ਮੰਜੇ ਡਾਹ ਲੈਂਦੇ ਸਾਰੇ, ਉੱਥੇ ਪੈ ਜਾਂਦੇ। ਅਤੇ ਜਿਹੜੇ ਦਰੱਖਤ ਹੇਠ ਆਪਣੇ ਉੱਥੇ ਦਰੱਖਤ ਹੀ ਦਰੱਖਤ ਹੁੰਦੇ ਸੀ ਛੱਪੜ 'ਤੇ, ਹੋਰ ਨਿੰਮ ਖਿੱਚੀ ਆ ਹੁਣ ਹੁਣ ਫੋਨਾਂ ਕਰਕੇ ਟਾਈਮ ਹੈ ਨੀ, ਮੋਬਾਈਲ ਚਲਾਉਣੇ ਆ ਤਾਂ ਟਾਈਮ ਹੈ, ਮੋਬਾਈਲਾਂ ਕਰਕੇ ਟਾਈਮ ਹੈ ਨੀ। ਉਦੋਂ ਸਾਰਿਆਂ ਕੋਲ ਟਾਈਮ ਹੀ ਟਾਈਮ ਸੀ, ਉਦੋਂ ਖੇਤੋਂ ਆਈ ਜਾਣਾ ਇਸ ਵੇਲੇ ਵੱਡ ਗਡਾਈ ਕਰਕੇ ਆਉਂਦੇ ਤੇ ਸਿੱਧੇ ਖਾ ਕੇ ਪਾਣੀ ਧਾਈ ਪੀ ਜਾਣਾ। ਐਂ ਕਰ, ਆਹ ਕੰਮ ਕਰੀ।